ਹਾਂਜੀ ਦੋਸਤੋ, ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸਾਡੇ ਵਿਚਕਾਰ 1 ਰੁਪਏ ਤੋਂ ਲੈ ਕੇ 1,000 ਰੁਪਏ ਤੱਕ ਦੇ ਕਾਗਜ਼ੀ ਨੋਟ ਵਰਤੇ ਜਾਂਦੇ ਹਨ ਅਤੇ ਉਹਨਾਂ ਨੂੰ ਕੈਰੀ ਕਰਨਾ ਬਹੁਤ ਹੀ ਆਸਾਨ ਹੈ। ਪਰ ਕੋਈ ਸਮਾਂ ਸੀ ਕਿ ਜਦੋਂ ਕਰੰਸੀ ਵਜੋਂ ਧਾਤੂ ਦੇ ਸਿੱਕੇ ਹੀ ਪ੍ਰਚਲਿਤ ਸਨ ਅਤੇ ਹਜ਼ਾਰਾਂ ਲੱਖਾਂ ਰੁਪਏ ਦਾ ਪੈਸਾ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਕੋਈ ਸੌਖਾ ਕੰਮ ਨਹੀਂ ਸੀ। ਪਰ ਉਦੋਂ ਉਹਨਾਂ ਨੂੰ ਖੱਚਰਾਂ ਤੇ ਲੱਦ ਕੇ ਲਿਜਾਇਆ ਜਾਂਦਾ ਸੀ। ਤੇ ਤੁਸੀਂ ਅਜਿਹੀਆਂ ਕਹਾਣੀਆਂ ਵੀ ਜ਼ਰੂਰ ਸੁਣੀਆਂ ਹੋਣਗੀਆਂ ਜਿਨ੍ਹਾਂ ਵਿੱਚ ਕਿ ਵਪਾਰੀਆਂ ਦੁਆਰਾ ਸਿੱਕਿਆਂ ਨੂੰ ਖੱਚਰਾਂ ਤੇ ਲੱਦ ਕੇ ਲਿਜਾਇਆ ਜਾਂਦਾ ਸੀ, ਜਿਨ੍ਹਾਂ ਵਿੱਚ ਕਿ ਸਭ ਤੋਂ ਇੱਕ ਮਸ਼ਹੂਰ ਕਹਾਣੀ ਹੈ ਅਲੀ ਬਾਬਾ 40 ਚੋਰ ਵਾਲੀ। ਜਿਵੇਂ ਕਿ ਅਸੀਂ ਕਾਗਜ਼ੀ ਨੋਟਾਂ ਬਾਰੇ ਗੱਲ ਕਰ ਰਹੇ ਸਨ ਤਾਂ ਤੁਹਾਨੂੰ ਅੱਗੇ ਜਾਣੂ ਕਰਾਉਂਦੇ ਹਾਂ ਕਿ ਕਾਗਜ਼ੀ ਨੋਟਾਂ ਦੀ ਸ਼ੁਰੂਆਤ ਕਿਵੇਂ ਹੋਈ। ਇੰਗਲੈਂਡ ਦੇ ਵਿੱਚ ਇੱਕ ਗਰੀਬ ਪਰਿਵਾਰ ਦਾ ਲੜਕਾ ਥਾਮਸ ਦੇ ਲਾਰੂ ਸੀ। ਥਾਮਸ ਦੇ ਪਿਤਾ ਨੇ ਥਾਮਸ ਨੂੰ ਇੱਕ ਪ੍ਰਿੰਟਿੰਗ ਪ੍ਰੈਸ ਵਿੱਚ ਨੌਕਰੀ ਦਵਾ ਦਿੱਤੀ ਜਿੱਥੇ ਥਾਮਸ ਪੇਪਰ ਫੋਲਡਿੰਗ ਪ੍ਰੈਸ ਦਾ ਕੰਮ ਕਰਦਾ ਸੀ। ਪਰ ਹੌਲੀ ਹੌਲੀ ਉਸ ਨੇ ਰਚਨਾ ਅਤੇ ਛਪਾਈ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਹ ਇੱਕ ਕੁਸ਼ਲ ਕੰਪੋਜ਼ਿਟਰ ਅਤੇ ਮਸ਼ੀਨਿਸਟ ਬਣ ਗਿਆ। ਪਰ ਕੁਝ ਸਮੇਂ ਬਾਅਦ ਮਸ਼ੀਨ ਦੇ ਮਾਲਕ ਨੇ ਉਸ ਨੂੰ ਕੰਮ ਤੋਂ ਬਾਹਰ ਕੱਢ ਦਿੱਤਾ ਅਤੇ ਥਾਮਸ ਨੂੰ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ। ਥਾਮਸ ਨੇ ਆਪਣਾ ਗੁਜ਼ਾਰਾ ਕਰਨ ਲਈ ਅਤੇ ਭੁੱਖ ਮਿਟਾਉਣ ਲਈ ਕੂੜੇ ਦੇ ਢੇਰਾਂ ਤੋਂ ਉਹ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਸਕ੍ਰੈਪ ਡੀਲਰਾਂ ਨੂੰ ਵੇਚੀਆਂ ਜਾ ਸਕਦੀਆਂ ਸਨ। ਇੱਕ ਦਿਨ ਜਦੋਂ ਥਾਮਸ ਸਕ੍ਰੈਪ ਇਕੱਠਾ ਕਰ ਰਿਹਾ ਸੀ ਤਾਂ ਉਸ ਦੀ ਮੁਲਾਕਾਤ ਉਸ ਸਮੇਂ ਦੇ ਮਸ਼ਹੂਰ ਚਿੱਤਰਕਾਰ ਰਿਚਰਡ ਨਾਲ ਹੋਈ। ਗੱਲਬਾਤ ਦੌਰਾਨ ਥਾਮਸ ਨੇ ਦੱਸਿਆ ਕਿ ਉਹ ਇੱਕ ਹੁਨਰਮੰਦ ਪ੍ਰਿੰਟਰ ਹੈ ਅਤੇ ਖੁਦ ਹੀ ਪ੍ਰੈਸ ਸਥਾਪਿਤ ਕਰਨਾ ਚਾਹੁੰਦਾ ਹੈ, ਪਰ ਇਸ ਕੰਮ ਲਈ ਉਸਦੇ ਕੋਲ ਪੈਸੇ ਨਹੀਂ ਹਨ। ਉਸ ਦੀ ਗੱਲ ਸੁਣ ਕੇ ਰਿਚਰਡ ਦਾ ਦਿਲ ਪਿਘਲ ਗਿਆ ਅਤੇ ਕੁਝ ਸਮੇਂ ਬਾਅਦ ਰਿਚਰਡ ਨੇ ਥਾਮਸ ਨੂੰ ਬੁਲਾਇਆ ਅਤੇ ਉਸਨੂੰ ਆਫਰ ਦਿੱਤਾ ਕਿ ਮੈਂ ਇੱਕ ਪ੍ਰਿੰਟਿੰਗ ਪ੍ਰੈਸ ਖੋਲ੍ਹਣੀ ਚਾਹੁੰਦਾ ਹਾਂ ਅਤੇ ਤੁਸੀਂ ਬਿਨਾਂ ਪੈਸੇ ਦਿੱਤੇ ਇਸ ਦੇ ਭਾਗੀਦਾਰ ਬਣ ਸਕਦੇ ਹੋ। ਪਰ ਉਸਨੇ ਸ਼ਰਤ ਰੱਖੀ ਕਿ ਪ੍ਰੈਸ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਤੁਹਾਡੀ ਜ਼ਿੰਮੇਵਾਰੀ ਹੋਵੇਗੀ, ਜਿਸ ਨਾਲ ਕਿ ਥਾਮਸ ਸਹਿਮਤ ਹੋ ਗਿਆ ਅਤੇ ਉਸਨੇ ਪ੍ਰੈਸ ਚਲਾਉਣੀ ਸ਼ੁਰੂ ਕਰ ਦਿੱਤੀ। ਥਾਮਸ ਇੰਨਾ ਪ੍ਰਤਿਭਾਸ਼ਾਲੀ ਸੀ ਕਿ ਉਸਨੇ ਥੋੜ੍ਹੇ ਹੀ ਸਮੇਂ ਵਿੱਚ ਇੰਨੀ ਵਧੀਆ ਛਪਾਈ ਕੀਤੀ ਕਿ ਉਸਦੀ ਚਰਚਾ ਹਰ ਪਾਸੇ ਹੋਣ ਲੱਗੀ ਅਤੇ ਉਸਨੂੰ ਹੋਰ ਕਈ ਮਹੱਤਵਪੂਰਨ ਪੁਸਤਕਾਂ ਛਾਪਣ ਦੇ ਆਰਡਰ ਮਿਲੇ, ਜਿਨ੍ਹਾਂ ਦੀ ਕਿ ਆਕਰਸ਼ਕ ਛਪਾਈ ਨੇ ਥਾਮਸ ਨੂੰ ਹੋਰ ਵੀ ਆਸੇ ਪਾਸੇ ਮਸ਼ਹੂਰ ਕਰ ਦਿੱਤਾ। ਇਸ ਤਰ੍ਹਾਂ ਥਾਮਸ ਨੇ ਜਦੋਂ ਤਾਸ਼ ਦੇ ਪੱਤੇ ਛਾਪੇ ਤਾਂ ਲੋਕ ਉਸਦੀ ਪ੍ਰਤਿਭਾ ਨੂੰ ਦੇਖ ਕੇ ਹਰ ਪਾਸੇ ਤਾੜੀਆਂ ਮਾਰਨ ਲੱਗੇ। ਜਦੋਂ ਥਾਮਸ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ ਤਾਂ ਇੱਕ ਸਰਕਾਰੀ ਪ੍ਰੈਸ ਦੇ ਇੰਚਾਰਜ ਨੇ ਥਾਮਸ ਨੂੰ ਬੁਲਾ ਕੇ ਉਸ ਨੂੰ ਸਰਕਾਰੀ ਪ੍ਰੈਸ ਦਾ ਮੁੱਖ ਪ੍ਰਿੰਟਰ ਨਿਯੁਕਤ ਕਰ ਦਿੱਤਾ। ਥਾਮਸ ਇੱਥੇ ਹੀ ਨਹੀਂ ਰੁਕਿਆ, ਉਸਨੇ ਸਰਕਾਰ ਨੂੰ ਸਿੱਕਿਆਂ ਦੀ ਬਜਾਏ ਕਾਗਜ਼ੀ ਨੋਟ ਜਾਰੀ ਕਰਨ ਦਾ ਸੁਝਾਅ ਦਿੱਤਾ ਕਿ ਇਸ ਤਰ੍ਹਾਂ ਨਾਲ ਕਰੰਸੀ ਨੂੰ ਸੰਭਾਲਣਾ ਆਸਾਨ ਹੋ ਜਾਵੇਗਾ। ਸਰਕਾਰ ਵਿੱਚ ਉਸਦੇ ਸੁਝਾਅ ਤੇ ਬਹਿਸ ਹੋਈ ਅਤੇ ਅੰਤ ਵਿੱਚ ਸਰਕਾਰ ਨੇ ਥਾਮਸ ਨੂੰ ਨੋਟ ਛਾਪਣ ਦੀ ਜ਼ਿੰਮੇਵਾਰੀ ਦੇ ਦਿੱਤੀ। ਥਾਮਸ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ 1364 ਵਿੱਚ ਨੋਟ ਛਾਪਣੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਬ੍ਰਿਟੇਨ ਕਾਗਜ਼ੀ ਨੋਟ ਜਾਰੀ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ। 1368 ਵਿੱਚ ਛਪਿਆ ਇੱਕ ਨੋਟ ਚੀਨ ਵਿੱਚ ਅੱਜ ਵੀ ਸੁਰੱਖਿਤ ਪਿਆ ਹੋਇਆ ਹੈ। ਜਰਮਨੀ ਨੇ 200 ਬਿਲੀਅਨ ਮਾਰਕ ਦਾ ਨੋਟ ਜਾਰੀ ਕੀਤਾ ਸੀ, ਜੋ ਕਿ ਸਭ ਤੋਂ ਕੀਮਤੀ ਨੋਟ ਸੀ। 1 ਸੇਨ ਭਾਵ ਕੇ ਇੰਡੋਨੇਸ਼ੀਆ ਦੇ ਰੁਪਏ ਦਾ 1/10 ਹਿੱਸਾ ਸਭ ਤੋਂ ਕੀਮਤੀ ਨੋਟ ਹੈ। ਇਹ ਦੁਨੀਆ ਦਾ ਸਭ ਤੋਂ ਘੱਟ ਮੁੱਲ ਵਾਲਾ ਨੋਟ ਹੈ। ਇਹ ਦੁਨੀਆ ਦਾ ਸਭ ਤੋਂ ਛੋਟਾ ਨੋਟ ਹੈ, ਜਿਸ ਦੀ ਲੰਬਾਈ 1.59 ਇੰਚ ਅਤੇ ਚੌੜਾਈ 1.9 ਇੰਚ ਵਿੱਚ ਜਾਰੀ ਕੀਤਾ ਗਿਆ ਸੀ। 1368 ਤੇ 1399 ਦੇ ਵਿਚਕਾਰ 1368 ਤੋਂ ਲੈ ਕੇ 1399 ਦੇ ਵਿਚਕਾਰ ਸਿੰਘ ਵੰਸ਼ ਦੇ ਸ਼ਾਸਕਾਂ ਨੇ ਚੀਨ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਨੋਟ ਚਲਾਇਆ ਸੀ, ਜਿਸ ਦੀ ਲੰਬਾਈ 1 ਫੁੱਟ
1 ਇੰਚ ਅਤੇ ਚੌੜਾਈ 9 ਇੰਚ ਸੀ। ਭਾਰਤ ਦੇਸ਼ ਵਿੱਚ ਵੀ ਕਾਗਜ਼ੀ ਨੋਟਾਂ ਦੀ ਸ਼ੁਰੂਆਤ ਅੰਗਰੇਜ਼ੀ ਸ਼ਾਸਕਾਂ ਦੁਆਰਾ ਹੀ ਕੀਤੀ ਗਈ। ਸੋ ਇਹ ਸਾਡੀ ਕਾਗਜ਼ ਦੇ ਨੋਟਾਂ ਬਾਰੇ ਜਾਣਕਾਰੀ, ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਿਓ। ਅਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਸਾਡੀ ਸਭ ਤੋਂ ਵਧੀਆ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ।